ਦੇਖੋ, ਮੈਂ ਅੱਜ ਟੀਚਰਸ ਡੇ 'ਤੇ ਜਿੱਥੇ ਸਾਰੇ ਟੀਚਰਸ ਨੂੰ ਮੈਂ ਬਹੁਤ ਵਧਾਈ ਦਿੰਦਾ, ਕਿਉਂਕਿ ਨੇਸ਼ਨ ਬਿਲਡਰ ਜਿਹੜਾ ਉਹ ਟੀਚਰਸ ਨੂੰ ਕਿਹਾ ਜਾਂਦਾ। ਅਤੇ ਜੋ ਵੀ ਵਿਅਕਤੀ ਆਪਣੇ ਜ਼ਿੰਦਗੀ 'ਚ ਕੋਈ ਤਰੱਕੀ ਕਰਦਾ, ਕਿਸੇ ਮੁਕਾਮ 'ਤੇ ਪਹੁੰਚਦਾ, ਜਿੱਥੇ ਉਹਦੇ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੁੰਦਾ, ਉੱਥੇ ਜਿਹੜੀ ਤਾਲੀਮ, ਜਿੱਥੋਂ ਸਿੱਖਿਆ ਹਾਸਲ ਕਰਦਾ, ਉਹਦਾ ਬਹੁਤ ਵੱਡਾ ਜਿਹੜਾ ਰੋਲ ਹੈ ਉਹ ਹੁੰਦਾ। ਅਤੇ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਅੱਜ ਬਤੌਰ ਮੈਂਬਰ ਪਾਰਲੀਮੈਂਟ ਉਸ ਸਕੂਲ 'ਚ ਪਹੁੰਚਿਆ ਜਿੱਥੋਂ ਮੈਂ ਆਪਣੀ ਮੁੱਢਲੀ ਸਿੱਖਿਆ ਜਿਹੜੀ ਹੈ ਉਹ ਪ੍ਰਾਪਤ ਜਿਹੜੀ ਹੈ ਕੀਤੀ ਹੈ। ਇਕੱਲੀ ਜੇ ਮੈਂ ਗੱਲ ਕਰਾਂ ਕਿ ਬਾਬਾ ਗੰਦਾ ਸਕੂਲ ਦਾ ਇਕੱਲੀ ਮੈਨੂੰ ਮੁੱਢਲੀ ਸਿੱਖਿਆ ਦੇਣ 'ਚ ਯੋਗਦਾਨ ਨਹੀਂ, ਮੈਨੂੰ 2017 ਵਿੱਚ, ਵੈਸੇ ਤਾਂ ਹਰ ਇਲੈਕਸ਼ਨ 'ਚ ਵੱਡਾ ਯੋਗਦਾਨ ਹੈ ਪਰ ਉਹ ਬੜੀ ਟਫ ਇਲੈਕਸ਼ਨ ਸੀ ਅਤੇ ਮੇਰੇ ਹਜੇ ਵੀ ਯਾਦ ਹੈ, ਇੱਕੋ ਇੱਕ ਸ਼ਹਿਰੀ ਸੀਟ ਆਮ ਆਦਮੀ ਪਾਰਟੀ ਜਿੱਤੀ ਸੀ ਅਤੇ ਉਹ ਬਰਨਾਲਾ ਸੀ। ਅਤੇ ਮੈਨੂੰ MLA ਬਣਾਉਣ ਵਿੱਚ, ਜਿੱਥੇ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਰੋਲ ਸੀ, ਉੱਥੇ ਮੈਂ ਇਹ ਗੱਲ ਦਾ ਬੜੀ ਜਗ੍ਹਾ ਜ਼ਿਕਰ ਕਰਦਾ ਕਿ BGS ਸਕੂਲ ਦਾ, ਇੱਥੋਂ ਦੇ ਬੱਚਿਆਂ ਦਾ, ਟੀਚਰਸ ਦਾ, ਸਾਰਿਆਂ ਦਾ ਬਹੁਤ ਵੱਡਾ ਜਿਹੜਾ ਰੋਲ ਸੀ ਮੈਨੂੰ ਉਸ ਮੁਕਾਮ ਤੱਕ ਪਹੁੰਚਾਉਣ ਲਈ। ਸੋ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਕਿ ਹੋ ਸਕਦੀ ਕਿ ਅੱਜ ਮੈਂ ਉਸ ਸਕੂਲ ਵਿਖੇ ਪਹੁੰਚਿਆ ਅਤੇ ਜਿੱਥੋਂ ਪੜ੍ਹੇ, ਜਿੱਥੇ ਖੇਡੇ, ਜਿੱਥੋਂ ਦੇ ਸਾਰੇ ਹਜੇ ਤੱਕ ਜਿਹੜੇ ਦੋਸਤ ਨੇ, ਜਿਹੜੇ ਜ਼ਿੰਦਗੀ ਦਾ ਅਹਿਮ ਹਿੱਸਾ ਜਿਹੜੇ ਹੈ ਬਣੇ ਹੋਏ ਆ, ਚਾਹੇ ਕੋਈ ਨਾਲ ਪੜ੍ਹਦੇ ਸੀ, ਚਾਹੇ ਕੋਈ ਸੀਨੀਅਰ ਸੀ, ਜੂਨੀਅਰ ਸੀ, ਅੱਜ ਮੈਂ ਆਪਣੀ ਕਲਾਸ 'ਚ ਵੀ ਜਿੱਥੇ 10ਵੀਂ ਦੇ ਵਿੱਚ ਬੈਠਦਾ ਰਿਹਾ, ਜਿੱਥੇ ਬੈਠ ਕੇ ਪੜ੍ਹੇ ਹਾਂ, ਉਹਨਾਂ ਨੂੰ ਮਿਲਿਆ ਸਕੂਲ ਦਾ, ਜਿਹੜੇ ਪੁਰਾਣੇ ਟੀਚਰਸ ਆ ਉਹ ਵੀ ਮਿਲ ਰਹੇ ਆ, ਜਿਹੜੇ ਇੱਥੇ ਸਾਨੂੰ ਕਲਾਸ ਫੋਰ ਜਿਹੜੀ ਆਂਟੀਆਂ ਸਾਡੇ ਟਾਈਮ ਪਾਣੀ ਵੀ ਪਿਆਉਂਦੀਆਂ ਸੀ ਸਾਨੂੰ, ਤਾਂ ਵੱਧ ਚਾ ਉਹਨਾਂ ਨੇ ਕਿਉਂਕਿ ਛੁੱਟੀ ਵੀ ਘੰਟੀ ਮਾਰ ਕੇ ਉਹੀ ਕਰਦੀਆਂ ਸੀ, ਉਹਨਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ। ਸੋ ਮੇਰੇ ਲਈ ਬਹੁਤ ਖੁਸ਼ੀ ਦੇ ਪਲ, ਮੈਂ ਦੱਸਤਾ ਜੀ ਬੜੀ ਖੁਸ਼ੀ ਹੈ, ਇਸ ਤੋਂ ਵੱਡੀ ਖੁਸ਼ੀ ਦੇ ਪਲ ਹੋਰ ਕੋਈ ਹੋ ਨਹੀਂ ਸਕਦੇ, ਕਿਉਂਕਿ ਅਸੀਂ ਵੀ ਇੱਕ ਟਾਈਮ ਸੀ ਜਦੋਂ ਕੋਈ ਸਾਡੇ ਚੀਫ ਗੈਸਟ ਆਉਂਦਾ ਹੁੰਦਾ ਸੀ, ਅਸੀਂ ਵੀ ਉਹ ਰਿਸੀਵ ਕਰਕੇ ਉਹਨੂੰ ਲੈ ਕੇ ਆਉਂਦੇ ਹੁੰਦੇ ਸੀ, ਅੱਜ ਮੈਂ ਉਸੇ ਸਕੂਲ ਚੀਫ ਗੈਸਟ ਬਣ ਕੇ ਪਹੁੰਚਿਆ, ਇਦੋਂ ਵੱਡੀ ਕੋਈ ਖੁਸ਼ੀ ਦੇ ਪਲ ਹੋ। ਟੀਚਰਸ ਡੇ ਹੁੰਦਾ ਇੱਕ ਤਰੀਕੇ ਦਾ ਐਪਰੀਸ਼ੀਏਟ ਕਰਨਾ, ਜੋ ਟੀਚਰਸ ਸੋਸਾਇਟੀ ਲਈ ਕਰ ਰਹੇ ਹੈ, ਬੱਚਿਆਂ ਲਈ ਕਰ ਰਹੇ ਨੇ, ਉਹ ਇੱਕ ਅਲੱਗ ਹੀ ਮੁਕਾਮ 'ਤੇ ਉਹਨਾਂ ਨੂੰ ਲੈ ਕੇ ਜਾਂਦੇ ਆ। ਜਿਵੇਂ ਕਿ ਅਸੀਂ ਅੱਜ ਬਣਾਇਆ ਇੱਕ ਵਿੰਗਸ, ਟੀਚਰਸ ਆਰ ਦੋਜ਼ ਗਾਰਡੀਅਨ ਵਿਦ ਵਿੰਗਸ ਹੂ ਸ਼ੋਜ਼ ਨਿਊ ਹੋਰੀਜ਼ਨ ਟੂ ਦ ਸਟੂਡੈਂਟਸ, ਤਾਂ ਕਿ ਉਹ ਨਵੇਂ ਨਵੇਂ ਉਪਲਬਧੀਆਂ ਲੈ ਸਕਣ, ਨਵੇਂ ਨਵੇਂ ਹਾਈਟਸ ਉੱਤੇ ਪਹੁੰਚ ਸਕਣ ਅਤੇ ਆਪਣੇ ਦੇਸ਼ ਨੂੰ ਬਹੁਤ ਤਰੱਕੀ 'ਤੇ ਪਹੁੰਚਾਉਣ। ਇਹੀ ਸਾਡਾ ਮੋਟਿਵ ਹੈ ਕਿ ਸਾਡੇ ਹਰ ਇੱਕ ਸਟੂਡੈਂਟ ਸਕਸੈਸਫੁਲ ਬਣੇ ਅਤੇ ਇੱਕ ਅੱਛਾ ਇਨਸਾਨ ਵੀ ਬਣੇ। ਅੱਜ ਸਕੂਲ ਦੇ ਵਿੱਚ ਟੀਚਰ ਡੇ ਮਨਾਇਆ ਜਾ ਰਿਹਾ, ਟੀਚਰਸ ਨੂੰ ਐਪਰੀਸ਼ੀਏਟ ਕਰਨ ਦੇ ਮਨਾਇਆ ਜਾ ਰਿਹਾ। ਸਕੂਲ ਦੇ ਵਿੱਚ ਅੱਜ ਚੀਫ ਗੈਸਟ ਦੇ ਤੌਰ 'ਤੇ ਮੀਤ ਹੇਅਰ ਜੀ ਨੂੰ ਬੁਲਾਇਆ ਜਾ ਗਿਆ ਹੈਗਾ, ਉਹ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਜੋ ਉਪਲਬਧੀ ਕੀਤੀ ਹੈ, ਸਾਨੂੰ ਐਂ ਲੱਗਦਾ ਜੋ ਸਾਡੇ ਸਕੂਲ ਦੇ ਸੀਗੇ ਪੜ੍ਹੇ ਹੋਏ ਤਾਂ ਉਹਨਾਂ ਨੂੰ ਇਹ ਮੁਕਾਮ ਹਾਸਿਲ ਹੋਇਆ। ਸਕੂਲ ਦੇ ਵਿੱਚ 3-4 ਲੈਬਸ ਦਾ ਉਦਘਾਟਨ ਉਹਨਾਂ ਵੱਲੋਂ ਹੀ ਕਰਵਾਇਆ ਗਿਆ, ਜਿਵੇਂ ਕਿ 2 ਕੰਪਿਊਟਰ ਲੈਬਸ ਨੇ, 1 ਕੈਮਿਸਟਰੀ ਲੈਬ, 1 ਲਾਇਬ੍ਰੇਰੀ ਹੈ, ਉਹਨਾਂ ਵੱਲੋਂ ਹੀ ਉਦਘਾਟਨ ਕਰਵਾ ਕੇ ਉਹਨਾਂ ਦਾ ਕੰਮ ਅੱਜ ਤੋਂ ਸ਼ੁਰੂ ਕਰਵਾਇਆ ਗਿਆ। ਟੀਚਰ ਦੇ 'ਤੇ ਮੈਂ ਤਾਂ ਟੀਚਰਸ ਨੂੰ ਸਾਰਿਆਂ ਨੂੰ ਵਿਸ਼ ਹੀ ਕਰਦੀ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਟੀਚਿੰਗ ਜੋਬ ਔਖੀ ਹੋ ਰਹੀ ਹੈ, ਆਪਣੀ ਪੂਰੀ ਪੈਸ਼ਨ ਔਰ ਲਗਨ ਦੇ ਨਾਲ ਤੁਸੀਂ ਟੀਚਰ ਦਾ ਆਪਣਾ ਪੂਰਾ ਰੂਪ ਅੱਗੇ ਲੈ ਕੇ ਔਰ ਮੁਕਾਮ ਨੂੰ ਹਾਸਿਲ ਕਰਕੇ ਇੱਕ ਟੀਚਰ ਦੀ ਤੁਸੀਂ ਉਪਲਬਧੀ ਹੈ ਜਿਹੜੀ ਹਾਸਿਲ ਕਰਨੀ। ਮੈਂ ਬਾਬਾ ਗੰਦਾ ਸਿੰਘ ਪਬਲਿਕ ਸਕੂਲ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ। ਵੈਸੇ ਤਾਂ ਹਰ ਸਾਲ ਸਾਡੇ ਬੱਚੇ ਉਚਾਈਆਂ ਛੂੰਹਦੇ ਆ, ਇਸ ਵਾਰ ਜਿਹੜਾ ਮੈਨੂੰ ਅਵਾਰਡ ਮਿਲਿਆ ਉਹ ਮੇਰੇ ਪਿਛਲੇ ਸਾਲ 2024 ਦਾ ਜਿਹੜਾ ਬੈਚ ਸੀ ਉਹਦੇ ਵਿੱਚੋਂ ਸਾਡੇ 10 ਬੱਚੇ ਪੰਜਾਬੀ ਭਾਸ਼ਾ ਦੇ ਵਿੱਚ ਟੌਪ ਕੀਤਾ, ਉਹਨਾਂ ਦੇ 100 ਦੇ ਵਿੱਚ 100 ਅੰਕ ਸੀ, ਜਿਸ ਦੇ ਲਈ ਮੈਨੂੰ ਸਨਮਾਨਿਤ ਕੀਤਾ ਗਿਆ। ਅਤੇ ਮੇਰੇ ਲਈ ਇਹ ਇਤਿਹਾਸਿਕ ਪਲ ਇਸ ਲਈ ਸੀ ਕਿਉਂਕਿ ਪਾਰਲੀਮੈਂਟ ਤੱਕ ਦੀਆਂ ਪੌੜੀਆਂ ਚੜ੍ਹਨਾ ਕੋਈ ਆਸਾਨ ਕੰਮ ਨਹੀਂ ਹੁੰਦਾ। ਇਹ ਸਾਡੇ ਪੁਰਾਣੇ ਵਿਦਿਆਰਥੀ ਮੀਤ ਹੇਅਰ ਸਾਡੇ ਕੋਲੋਂ ਪੜ੍ਹ ਕੇ ਸੰਸਥਾ ਦੇ ਵਿੱਚੋਂ ਪੜ੍ਹ ਕੇ ਗਏ ਆ, ਜਿਨ੍ਹਾਂ ਨੂੰ ਮੈਂ ਪੜ੍ਹਾਇਆ, ਜਿੱਥੋਂ ਤੱਕ ਮੈਂ ਉਹਨਾਂ ਨੂੰ ਜਾਣਦੀ ਹਾਂ, ਉਹ ਬਹੁਤ ਮਿਹਨਤੀ
ਸ਼ਾਂਤ, ਸਹਿਨਸ਼ੀਲ ਅਤੇ ਲੋਕਾਂ ਦੀਆਂ ਦੁਆਵਾਂ ਲੈਣ ਵਾਲਾ ਬੱਚਾ, ਸਾਡੇ ਲਈ ਉਹ ਬੱਚਾ ਤੁਹਾਡੇ ਲਈ ਉਹ ਤੁਹਾਡਾ ਪਾਰਲੀਮੈਂਟ ਇੱਕ ਮੈਂਬਰ ਹੈਗਾ। ਇਸ ਲਈ ਅਸੀਂ ਹੁਣ ਵੀ ਉਹਨੂੰ ਦਿਲੋਂ ਦੁਆ ਹੀ ਦਿੰਦੇ ਹਾਂ। ਸਾਨੂੰ ਬਹੁਤ ਚੰਗਾ ਲੱਗਿਆ, ਮੇਰੇ ਲਈ ਇਹ ਮਾਮੂਲੀ ਪਲ ਨਹੀਂ ਸੀ, ਮੇਰੇ ਲਈ ਇਹ ਖਾਸ ਪਲ ਇਸ ਕਰਕੇ ਸੀ ਕਿਉਂਕਿ ਮੈਂ ਆਪਣੀ ਡਿਊਰਿੰਗ ਜੋਬ ਦੇ ਦੌਰਾਨ ਉਹਨਾਂ ਹੱਥਾਂ ਤੋਂ ਮੈਂ ਇੱਕ ਸਨਮਾਨ ਲੈ ਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੀ ਹਾਂ। ਜਿਹੜਾ ਬੱਚਾ ਆਪ ਮਿਹਨਤ ਕਰਕੇ ਬਿਨਾਂ ਕਿਸੇ ਦੇ ਸਪੋਰਟ ਤੋਂ ਇੱਥੇ ਪਹੁੰਚਿਆ ਹੋਵੇ, ਅਤੇ ਉਹਦੇ ਵਿੱਚ ਜਿਹੜੀਆਂ ਸਾਨੂੰ ਸਿੱਖਣ ਵਾਲੀਆਂ ਚੀਜ਼ਾਂ ਮਿਲਦੀਆਂ ਨੇ, ਜੋ ਅੱਜ ਵੀ ਇਨਸਾਨੀਅਤ ਹੈ ਜਿਹੜੀ ਸਭ ਤੋਂ ਜ਼ਿਆਦਾ, ਜਿਸਦੇ ਵਿੱਚ ਸਾਡੇ ਸਕੂਲ ਦੇ ਲਈ ਇੱਕ ਹੋਰ ਵੀ ਮਾਣ ਵਾਲੀ ਗੱਲ ਹੈ, ਸਾਡੀ ਸੰਸਥਾ, ਸਾਡੀ ਮੈਨੇਜਮੈਂਟ ਸਾਨੂੰ ਮੌਕਾ ਦਿੱਤਾ, ਸਾਡੇ ਪ੍ਰਿੰਸੀਪਲ ਸਰ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ, ਜਿਹੜੇ ਸਾਨੂੰ ਸਮੇਂ-ਸਮੇਂ ਤੇ ਅਗਵਾਈ ਕਰਦੇ ਆ ਅਤੇ ਸਾਨੂੰ ਖੁੱਲ੍ਹ ਕੇ ਪੜ੍ਹਾਉਣ ਦਾ ਮੌਕਾ ਦਿੰਦੇ ਆ। ਉਹਦੇ ਵਿੱਚ ਇੱਕ ਟੀਚਰ 'ਤੇ ਨਿਰਭਰ ਕਰਦਾ ਹੁੰਦਾ ਕਿ ਉਹਦੇ ਕੋਲ ਜਿੰਨਾ ਕੁ ਗਿਆਨ ਆ ਉਹ ਆਪਣੇ ਬੱਚਿਆਂ ਨੂੰ ਉਹ ਦੇਵੇ। ਅੱਜ ਬਾਬਾ ਗੰਦਾ ਸਿੰਘ ਪਬਲਿਕ ਸਕੂਲ ਵਿਖੇ ਟੀਚਰਸ ਡੇ, ਜੋ ਆਏ ਸਾਲ 5 ਸਤੰਬਰ ਨੂੰ ਡਾਕਟਰ ਰਾਧਾ ਕ੍ਰਿਸ਼ਨ ਅਲੀ ਉਹਨਾਂ ਦੀ ਜਨਮ ਦਿਨ 'ਤੇ ਮਨਾਇਆ ਜਾਂਦਾ ਹੈਗਾ, ਟੀਚਰਸ ਨੂੰ ਸਮਰਪਿਤ ਅੱਜ BGS ਵਿਖੇ ਇਹ ਮਨਾਇਆ ਗਿਆ। ਇਸ ਸਮੇਂ ਇੱਥੇ ਸਾਡੇ ਸਕੂਲ ਦੇ ਹੀ ਸਟੂਡੈਂਟ ਰਹੇ, ਅੱਜ ਜੋ ਪਾਰਲੀਮੈਂਟ ਮੈਂਬਰ ਨੇ ਸਰਦਾਰ ਗੁਰਮੀਤ ਸਿੰਘ ਜੀ ਮੀਤ ਹਿਆਰ, ਇੱਥੇ ਸਪੈਸ਼ਲ ਅੱਜ ਜਿਹੜੇ ਸਾਡੇ ਚੀਫ ਗੈਸਟ ਦੇ ਤੌਰ 'ਤੇ ਇੱਥੇ ਪਹੁੰਚੇ। ਟੀਚਰ ਡੇ ਜੋ ਅੱਜ, ਕਿਉਂਕਿ ਟੀਚਰ ਇੱਕ ਗੁਰੂ ਦੀ ਨਿਆਈ ਹੁੰਦਾ ਹੈਗਾ, ਗੁਰੂ ਦਾ ਜਿਹੜਾ ਅਰਥ ਹੈ ਅਗਿਆਨਤਾ ਦੇ ਹਨੇਰੇ ਨੂੰ ਰੋਸ਼ਨੀ ਵਿੱਚ ਬਦਲ ਦੇਣਾ, ਜੋ ਅਗਿਆਨਤਾ ਨੂੰ ਦੂਰ ਕਰਕੇ ਸਾਨੂੰ ਚੰਨ ਬਖਸ਼ਣਾ, ਗਿਆਨ ਬਖਸ਼ਣਾ, ਇਹ ਉਹ ਆ। ਕਿਉਂਕਿ ਟੀਚਰ ਇੱਕ ਮੋਮਬੱਤੀ ਦੀ ਨਿਆਈ ਹੁੰਦਾ, ਜਿਹੜੇ ਆਪ ਜਲ ਕੇ ਦੂਜਿਆਂ ਨੂੰ ਰੋਸ਼ਨੀ ਕਰਦੇ ਆ। ਟੀਚਰ ਜਿਹੜਾ ਗੁਰੂ ਦੀ ਨਿਆਈ ਹੁੰਦਾ, ਕਿਸੇ ਸਿਆਣੇ ਨੇ ਵੀ ਕਿਹਾ ਕਿ ਗੁਰੂ ਗੋਬਿੰਦ ਦੋਨੋਂ ਖੜ੍ਹੇ, ਕਿਸਕੇ ਲਾਗੋਂ ਪਾਏ ਬਲਿਹਾਰੀ ਗੁਰੂ ਆਪਣੇ ਜਿਨ ਗੋਬਿੰਦ ਦੀਆ ਮਲਾਏ। ਬੜਾ ਵੱਡਾ ਰੁਤਬਾ ਹੈਗਾ ਜਿਹੜਾ ਸਾਡੇ ਗੁਰੂ ਦਾ, ਟੀਚਰ ਦਾ। ਸੋ ਅੱਜ ਸਰਦਾਰ ਗੁਰਮੀਤ ਸਿੰਘ ਮੀਤਿਹਾਰ ਇੱਥੇ ਆ ਕੇ ਉਹਨਾਂ ਨੇ ਆਪਣੇ ਸਾਰੇ ਟੀਚਰ ਸਾਹਿਬਾਨਾਂ ਨੂੰ ਪੁਰਾਣੇ ਜਿਨ੍ਹਾਂ ਤੋਂ ਉਹਨਾਂ ਨੇ ਵਿੱਦਿਆ ਹਾਸਲ ਕਰੀ, ਇੱਥੇ ਅੱਜ ਉਹਨਾਂ ਨੇ ਆ ਕੇ ਜਿੱਥੇ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ, ਸਾਡੀਆਂ ਸਾਇੰਸ ਲੈਬਾਂ ਦਾ ਉਦਘਾਟਨ ਕੀਤਾ, ਲਾਇਬ੍ਰੇਰੀ ਦਾ ਉਦਘਾਟਨ ਕੀਤਾ, ਉੱਥੇ ਉਹਨਾਂ ਨੇ ਜਿਸ ਕਮਰੇ ਦੇ ਵਿੱਚ ਆਪ ਬਹਿੰਦੇ ਹੁੰਦੇ ਸੀ ਉਸ ਸੀਟ 'ਤੇ ਆ ਕੇ ਵੀ ਉਹਨੂੰ ਨਮਨ ਕੀਤਾ ਅਤੇ ਉੱਥੇ ਆ ਕੇ ਆਪਣੇ ਪੁਰਾਣੇ ਪਲਾਂ ਨੂੰ ਯਾਦ ਵੀ ਕੀਤਾ ਅਤੇ ਸਕੂਲ ਪ੍ਰਤੀ ਉਹਨਾਂ ਨੇ ਜਿਹੜੀ ਆਪਣੀ ਕਾਮਯਾਬੀ, ਜਿਹੜੀ ਆਪਣੀ ਅੱਜ ਇੱਥੇ ਪਹੁੰਚਣ ਦੀ ਜੋ ਸੀ, ਉਹ ਪਹਿਲਾਂ MLA ਬਣੇ, ਉਦੋਂ ਬਾਅਦ ਪਾਰਲੀਮੈਂਟ ਮੈਂਬਰ ਬਣੇ। ਸੋ ਉਹ ਸਾਰੀ ਦੀ ਜਿਹੜਾ ਸ਼ੇਅਰ ਹੈਗਾ ਉਹਨਾਂ ਨੇ ਆਪਣੇ ਸਕੂਲ ਬਾਬਾ ਗੰਦਾ ਸਿੰਘ ਪਬਲਿਕ ਸਕੂਲ ਨੂੰ ਦਿੱਤਾ। ਸਾਡੇ ਲਈ ਵੀ ਇਹ ਬੜੀ ਵੱਡੀ ਮਾਣ ਵਾਲੀ ਗੱਲ ਹੈ, ਜਦੋਂ ਸਾਡੇ ਸਕੂਲ ਦਾ ਬੱਚਾ ਇੱਕ ਉਲਾਂਘਾ ਪੜ੍ਹਦਾ ਹੋਇਆ ਉੱਚੇ ਰੁਤਬਿਆਂ 'ਤੇ ਪਹੁੰਚਦਾ। ਇਹ ਸਕੂਲ ਨੇ ਇਸ ਇਲਾਕੇ ਲਈ ਬੜੇ ਵੱਡੇ ਵੱਡੇ ਡਾਕਟਰ ਦਿੱਤੇ ਆ, ਇੰਜੀਨੀਅਰ ਦਿੱਤੇ ਆ, IPS ਦਿੱਤੇ ਆ, IAS ਦਿੱਤੇ ਆ, IRS ਦਿੱਤੇ ਆ। ਉੱਥੇ ਸਰਦਾਰ ਗੁਰਮੀਤ ਸਿੰਘ ਜੀ ਮੀਤਿਹਾਰ ਵਰਗੇ ਜੋ ਰਾਜਨੀਤਿਕ ਅੱਜ ਪਾਰਲੀਮੈਂਟ ਦੇ ਮੈਂਬਰ ਨੇ ਉਹ ਦਿੱਤੇ ਆ। ਸੋ ਇਹ ਸਕੂਲ ਲਈ ਵੀ ਬਹੁਤ ਮਾਣ ਵਾਲੀ ਗੱਲ ਆ। ਅਸੀਂ ਇੱਥੇ ਪਹੁੰਚਣ 'ਤੇ ਉਹਨਾਂ ਦਾ ਧੰਨਵਾਦ GIS ਉੱਚ ਮੈਨੇਜਮੈਂਟ ਕਮੇਟੀ ਵੱਲੋਂ ਅਤੇ ਸਾਡੇ ਸਕੂਲ ਦੇ ਸਾਰੇ ਹੀ ਪ੍ਰਿੰਸੀਪਲ ਐਂਡ ਸਕੂਲ ਸਟਾਫ ਵੱਲੋਂ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।